Subscribe the channel and press the bell notification icon. ਮੋਗਾ ਦੇ ਵਿੱਚ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਨਾਂ ਨੂੰ 24-24 ਘੰਟੇ ਕੰਮ ਕਰਨਾ ਪੈਂਦਾ ਹੈ। ਕਰਮਚਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਸਰਕਾਰ ਦਾ ਫਾਇਰ ਬ੍ਰਿਗੇਡ ਵੱਲ ਕੋਈ ਧਿਆਨ ਨਹੀਂ ਹੈ ਤੇ 24 ਘੰਟੇ ਕੰਮ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਓਵਰ ਟਾਈਮ ਨਹੀਂ ਦਿੱਤਾ ਜਾਂਦਾ, ਜਦਕਿ ਦੂਜੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਓਵਰ ਟਾਈਮ ਦਿੱਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਅਧਿਕਾਰੀਆਂ ਕੋਲ ਸੇਫਟੀ ਸ਼ੂਜ਼ ਤੇ ਸੇਫਟੀ ਡਰੈਸ ਤੱਕ ਵੀ ਨਹੀਂ ਹੈ, ਜਿਸ ਕਾਰਨ ਉਹਨਾਂ ਨੂੰ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਅੱਗ ਬੁਝਾਉਣੀ ਪੈਂਦੀ ਹੈ। ਇਸ ਦੇ ਸੰਬੰਧ ਵਿੱਚ ਫਾਇਰ ਅਫਸਰ ਨੇ ਕਿਹਾ ਕਿ ਸਟਾਫ ਦੀ ਕਮੀ ਹੋਣ ਕਾਰਨ ਕਰਮਚਾਰੀਆਂ ਨੂੰ 24-24 ਘੰਟੇ ਕੰਮ ਕਰਨਾ ਪੈਂਦਾ ਹੈ। ਇਸ ਦੇ ਬਾਰੇ ਜਦੋਂ ਪੱਤਰਕਾਰਾਂ ਨੇ DC ਸੰਦੀਪ ਹੰਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕਿਹਾ, ਆਓ ਸੁਣ ਲੈਂਦੇ ਹਾਂ। ਬ੍ਰਿਗੇਡ ਦਾ ਜਿਹੜਾ ਸਟਾਫ ਹੈਗਾ ਉਹਦੇ ਵਿੱਚ ਕਮੀ ਹੈ, ਸੈਂਕਸ਼ਨ ਸਟਰੈਂਥ ਜ਼ਿਆਦਾ ਹੈ ਲੇਕਿਨ ਪੋਸਟਾਂ ਜਿਹੜੀਆਂ ਭਰੀਆਂ ਹੋਈਆਂ ਉਹ ਘੱਟ ਹਨ, ਖਾਲੀ ਪਈਆਂ ਹੈਗੀਆਂ ਵੈਕੈਂਸੀ। ਜੇ ਆਪਾਂ ਡਿਊਟੀ ਦੀ ਗੱਲ ਕਰੀਏ ਔਰ ਡਿਊਟੀ ਦੀ ਜਿਹੜੀ ਉਹਨਾਂ ਦੀ ਉਹਦੀ ਸੰਵੇਦਨਸ਼ੀਲਤਾ ਦੀ ਗੱਲ ਕਰੀਏ ਤਾਂ ਹੈ ਤਾਂ 24 ਘੰਟੇ ਦੀ ਡਿਊਟੀ, ਲੇਕਿਨ ਇਹ ਹੈ ਕਿ ਜੇ ਸਟਾਫ ਔਰ ਸਟਰੈਂਥ ਜਿਹੜੀ ਹੈ ਉਹ ਮੁਕੰਮਲ ਹੋਵੇ ਤਾਂ ਉਹ ਰੋਸਟਰ ਬਣ ਜਾਂਦਾ ਹੈਗਾ, ਫਿਰ ਬੰਦੇ ਨੂੰ 24 ਘੰਟੇ ਹਰ ਵੇਲੇ ਅਵੇਲੇਬਲ ਨਹੀਂ ਰਹਿਣਾ ਪੈਂਦਾ। ਸੋ ਉਹਨੂੰ ਵੀ ਹਰੇਕ ਜਿਹੜਾ ਵਰਕਰ ਹੈ ਫਾਇਰ ਦਾ ਜਿਹੜਾ ਕੰਮ ਕਰਦਾ ਹੈ, ਜਿਹੜਾ ਕਿ ਬੜਾ ਹੀ ਖਤਰੇ ਵਾਲਾ ਕੰਮ ਹੈਗਾ, ਉਹਨੂੰ ਵੀ ਆਫਟਰ ਆਲ ਰੈਸਟ ਚਾਹੀਦੀ ਹੈ। ਸੋ ਪੋਸਟਾਂ ਖਾਲੀ ਹਨ ਅਤੇ ਉਹ ਪੋਸਟਾਂ ਨੂੰ ਭਰਨ ਵਾਸਤੇ ਮੈਂ ਕਮਿਸ਼ਨਰ ਕਾਰਪੋਰੇਸ਼ਨ ਨਾਲ ਗੱਲ ਕਰਕੇ ਵੀ ਵਿਲ ਮੇਕ ਸ਼ੋਰ ਕਿ ਪੋਸਟਾਂ ਭਰੀਆਂ ਜਾਣ। ਸਟਾਰ ਕੈਨੇਡਾ TV ਲਈ ਨਿਊਜ਼ ਡੈਸਕ ਤੋਂ ਸਿਮਰਨ ਕੌਰ ਦੇ ਨਾਲ ਮੋਗਾ ਤੋਂ ਸੰਜੀਵ ਅਰੋੜਾ ਦੀ ਰਿਪੋਰਟ।